ਫਤਿਹਗੜ੍ਹ ਸਾਹਿਬ ਵਿੱਚ ਅਵਾਰਾ ਪਸ਼ੂਆਂ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ। ਇਹ ਪਸ਼ੂ ਜਿੱਥੇ ਸੜਕ ਹਾਦਸਿਆਂ ਦਾ ਕਾਰਨ ਬਣਦੇ ਨੇ, ਉੱਥੇ ਕਿਸਾਨਾਂ ਦੀਆਂ ਫਸਲਾਂ ਵੀ ਤਬਾਹ ਕਰ ਰਹੇ ਨੇ। ਇਹਨਾਂ ਅਵਾਰਾ ਪਸ਼ੂਆਂ ਦੀ ਗਿਣਤੀ ਇੰਨੀ ਵੱਧ ਚੁੱਕੀ ਹੈ ਕਿ ਹਰ ਗਲੀ ਮੁਹੱਲੇ ਵਿੱਚ ਇਹ ਆਮ ਨਜ਼ਰ ਆਉਂਦੇ ਨੇ। ਪੁਆਇੰਟ ਬਣਿਆ ਹੋਇਆ ਆਮ, ਇੱਥੇ ਅਵਾਰਾ ਪਸ਼ੂ ਲੋਕ ਜਿਹੜੇ ਨੇ ਛੱਡ ਜਾਂਦੇ ਨੇ, ਜਗ੍ਹਾ ਖਾਲੀ ਜੀ ਮਾੜੀ ਜੀ ਦੇਖ ਕੇ ਲਾ ਜਾਂਦੇ ਨੇ, ਜੋ ਕਿ ਫਸਲ ਦਾ ਦੀ ਬਰਬਾਦੀ ਕਰਦੇ ਨੇ। ਅਤੇ ਕੋਈ ਨਾ ਕੋਈ ਕਦੇ ਦੋ ਕਦੇ ਚਾਰ ਮਤਲਬ ਪਸ਼ੂ ਕੱਢਦੇ, ਸੰਭਾਲ ਇਹਨਾਂ ਦੀ ਕੋਈ ਨਹੀਂ ਹੈ ਸਰਕਾਰ ਦੀ। ਇੱਕ ਦੋ ਚ ਛੱਡ ਇੱਧਰ ਉੱਧਰ ਕਰਦੇ ਹੀ ਬੰਨਦੇ ਵੀ ਹੈ ਤਾਂ ਹੋਰ ਛੱਡ ਦਿੰਦੇ ਨੇ। ਇਹਨਾਂ ਨੂੰ ਸਾਂਭ ਸੰਭਾਲ ਸਾਨੂੰ ਇੱਥੇ ਕਰਨੀ ਬਹੁਤ ਔਖੀ ਹੋਈ ਹੋਈ ਹੈ। ਪਰ ਸਰਕਾਰ ਇਸ ਪ੍ਰਤੀ ਹੁਣ ਕੀ ਕਰਨਾ ਚਾਹੁੰਦੀ ਹੈ, ਇਹਦਾ ਕੁਛ ਪੇਤ ਨਹੀਂ ਆਉਂਦਾ ਵੀ ਕੋਈ ਨਿਗਰਾਨੀ ਨਹੀਂ ਹੈ ਇਸ ਚੀਜ਼ ਦੀ, ਨਾ ਹੀ ਇਹਨਾਂ ਨੂੰ ਕੋਈ ਸੇਵਾ ਸੰਭਾਲ ਹੈ। ਜਦੋਂ ਸਵੇਰੇ ਆ ਕੇ ਦੇਖੀਦਾ ਤਾਂ ਫਸਲ ਦੇ ਵਿੱਚ ਦੋ ਚਾਰ ਜ਼ਰੂਰ ਬੈਠੇ ਹੁੰਦੇ ਨੇ ਪਸ਼ੂਆਂ ਦੇ। ਇੱਥੇ ਆਪਣੇ 12 ਪਸ਼ੂ ਆ ਜੀ, ਆਪਣੇ ਅਸੀਂ ਆਪਣੇ ਸ਼ਮਸ਼ਾਨ ਘਾਟ ਤੋਂ ਬੋਲਦੇ ਹਾਂ, ਬਾੜੇ ਤੋਂ। ਅਤੇ ਇੱਥੇ ਸ਼ਮਸ਼ਾਨ ਘਾਟ ਦੇ ਕੋਲ ਸਾਹਮਣੇ ਅਤੇ ਦਾਣਾ ਮੰਡੀ 'ਚ GT ਰੋਡ ਦੇ ਉੱਤੇ ਆਮ ਗਲੀਆਂ ਦੇ ਉੱਤੇ ਬਹੁਤ ਜ਼ਿਆਦਾ ਮਤਲਬ ਸੈਂਕੜੇ ਦੀ ਗਿਣਤੀ 'ਚ ਜਿਹੜੇ ਆ ਆਪਣੇ ਅਵਾਰਾ ਪਸ਼ੂ ਫਿਰਦੇ ਨੇ, ਜਿਹਦੇ ਵਿੱਚ ਕਈ ਬਹੁਤ ਜ਼ਿਆਦਾ ਕਈ ਵਾਰ ਐਕਸੀਡੈਂਟ ਵੀ ਹੋ ਚੁੱਕੇ ਨੇ। ਕਈ ਸਾਡੇ ਕੋਲ ਆਲਰੇਡੀ ਇਹ ਗਊਸ਼ਾਲਾ ਦੀ ਜਿਹੜੀ ਮੈਨੇਜਮੈਂਟ ਹੈ SDM ਬਸੀ ਕੋਲ ਹੈ, ਪਰ ਕਿਉਂਕਿ ਮੈਂ ਪਹਿਲਾਂ ਬਸੀ ਦਾ ਚਾਰਜ ਮੇਰੇ ਕੋਲ ਸੀ, ਸੋ ਉਸ ਅਪੁਆਇੰਟਮੈਂਟ ਦੇ ਵੇਲੇ ਦੀ ਨੌਲੇਜ ਤੋਂ ਕਹਿ ਰਿਹਾ ਕਿ ਉੱਥੇ ਜਿਹੜੀ ਕਪੈਸਿਟੀ ਪੂਰੀ ਹੋ ਚੁੱਕੀ ਹੈ। ਲਗਭਗ 200 ਤੋਂ 4-5 ਡੰਗਰ ਸਾਡੇ ਕੋਲ ਉੱਤੇ ਹੀ ਨੇ। ਜਿੰਨੀ ਦੇਰ ਦੂਸਰਾ ਸ਼ੈੱਡ ਨਹੀਂ ਕੰਪਲੀਟ ਹੋ ਜਾਂਦਾ ਉਨਾ ਚਿਰ ਉੱਥੇ ਹੋਰ ਪਸ਼ੂ ਲੈਣ ਦੇ ਵਿੱਚ ਪ੍ਰੋਬਲਮ ਹੈ। ਸੋ ਮੈਂ ਤਾਂ ਇਹੀ ਅਪੀਲ ਕਰਾਂਗਾ ਜਿਹੜੀਆਂ ਪ੍ਰਾਈਵੇਟ ਗਊਸ਼ਾਲਾਵਾਂ ਨੇ ਉਹ ਸਾਡਾ ਸਾਥ ਦੇਣ, ਔਰ ਜਿਹੜੇ ਵਾਰਾ ਪਸ਼ੂ ਨੇ ਫਸਲਾਂ ਨੁਕਸਾਨ ਕਰ ਰਹੇ ਨੇ ਉਹਨਾਂ ਨੂੰ ਰਿਸੀਵ।